ਮੈਡਮ ਜਿਹੜਾ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਪੰਜ-ਪੰਜ ਮਰਲੇ ਦੇ ਬੇਘਰੇ ਬੇਜ਼ਮੀਨਾਂ ਨੂੰ ਪਲਾਟ ਮਿਲਣਗੇ ਪਰ ਪਿੰਡਾਂ ਦੇ ਵਿੱਚ ਲਿਸਟਾਂ ਬਹੁਤ ਮਰਦੀਆਂ ਨੇ ਜੀ ਪਿੰਡ ਦੇ ਵਿੱਚ 250 ਘਰ ਨੇ 250 ਘਰ ਦੇ ਫਾਰਮਰ ਕਿਹਾ ਇਹ ਬੇਜ਼ਮੀਨੇ ਤੇ ਬੇਘਰਿਆਂ ਵਾਸਤੇ ਹੀ ਸਪੈਸ਼ਲ ਸਕੀਮ ਹੈਗੀ ਹੈ ਘਰੇ ਬੇਜ਼ਮੀਨੇ ਇੰਨਾ ਲੋਕਾਂ ਨੂੰ ਕਿ ਜਿਹੜੇ ਕਿਉਂਕਿ ਪਿੰਡਾਂ ਦੇ ਵਿੱਚ ਇਹ ਹੈ ਕਿ ਕਿੰਨਾ ਕੋਲ ਇੱਕ ਕਮਰਾ ਹੈ ਕਿਉਂਕਿ ਉਹਨਾਂ ਦੇ ਜਿਹੇ ਪਰਿਵਾਰ ਦੇ ਮੈਂਬਰ 4 ਨੇ ਤਾਂ ਉਹਨਾਂ ਕੋਲ 4 ਕਮਰੇ ਅਲੱਗ-ਅਲੱਗ ਕਮਰੇ ਚ ਰਹਿੰਦੇ ਨੇ ਉਹ ਵੀ ਕਹਿੰਦੇ ਨੇ ਕਿ ਸਾਨੂੰ ਪਲਾਟ ਮਿਲਣਾ ਚਾਹੀਦਾ ਤਾਂ ਉਹਨਾਂ ਨੂੰ ਮਿਲ ਨਹੀਂ ਰਿਹਾ ਜੇ ਉਹਨਾਂ ਦੀ ਫੈਮਿਲੀ ਵੱਡੀ ਹੋ ਗਈ ਹੈ ਨੈਕਸਟ ਜਨਰੇਸ਼ਨ ਸ਼ੁਰੂ ਹੋ ਗਈ ਹੈ ਬੇਟਾ ਹੈ ਬੇਟੇ ਦਾ ਵਿਆਹ ਹੋ ਚੁੱਕਿਆ ਤਾਂ ਉਸ ਫੈਮਿਲੀ ਨੂੰ ਮਿਲ ਸਕਦਾ ਹੈ ਪਲਾਟ ਇਹ ਬਲਾਕ ਮੱਝ ਦੇ ਨਜ਼ਦੀਕ ਦੇ ਪਿੰਡ ਨੇ ਜੈਸੇ ਏਰੀਆ ਦੇ ਵਿੱਚ ਆਂਦੇ ਨੇ ਕਿੰਨੇ ਕ ਪਿੰਡਾਂ ਦੀ ਲਿਸਟਾਂ ਬਣ ਕੇ ਤੁਹਾਡੇ ਕੋਲ ਆ ਗਈਆਂ ਨੇ ਹੁਣ ਤੱਕ ਤੂੰ ਤੱਕ ਜਿਹੜੇ ਪਲਾਟ ਦੇਣ ਦੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਦਿਵਾਲੀ ਤੋਂ ਪਹਿਲਾਂ ਮਿਲਣਗੇ ਜਾਂ ਦਿਵਾਲੀ ਤੋਂ ਬਾਅਦ ਜਾ ਕੇ ਲਿਸਟਾਂ ਜਿਹੜੀਆਂ ਉਹਨਾਂ ਕੋਲ ਪਹੁੰਚੀ ਜਿੱਥੇ ਕਿਹਾ ਗਿਆ ਪ੍ਰੋਸੀਜਰ ਬਹੁਤ ਤਕੜਾ ਹੈ ਇਸ ਦਿਨ ਤੱਕ ਵੀ ਜਿਹੜੀਆਂ ਲਿਸਟਾਂ ਤੁਹਾਡੀ ਜਾਣੀਆਂ ਨੇ ਤਾਂ ਕਦੋਂ ਤੱਕ ਜਿਹੜੀ ਲੋਕਾਂ ਨੂੰ ਇਹ ਪਲਾਟ ਮੰਬਰ ਤੱਕ ਸੀਐਨ ਸਾਹਿਬ ਨੇ ਨਦੀਆਂ ਜਿਹੜੇ ਹੈਗੇ ਨੇ ਉਹ ਵੰਡੇ ਜਾਣੇ ਨੇ ਪਿੰਡਾਂ ਦੇ ਵਿੱਚ ਕਈ ਮਾਲਕਾਂ ਨਾਂ ਦੀਆਂ ਖਸਮਲਾ ਜ਼ਮੀਨਾਂ ਨੇ ਫਿਰ ਉਹਨਾਂ ਦੇ ਮੱਤੇ ਕਿਵੇਂ ਵੰਡਣਗੇ ਉਹ ਕਹਿੰਦਗੇ ਅਸੀਂ ਆਪਣੀ ਜ਼ਮੀਨਾਂ ਵਿੱਚੋਂ ਕੀ ਦਈਏ ਕਿ ਜਿਨ੍ਹਾਂ ਕੋਲ ಗ್ರಾಮ ਪੰਚਾਇਤ ਦੇ ਕੋਲ ਜਿਨ੍ਹਾਂ ਦੇ ਜ਼ਮੀਨ ਹੈ ਉਹ ਤਾਂ ਮੱਤੇ ਪਾ ਦੇਣਗੇ ਪਰ ਜਿਨ੍ਹਾਂ ਕੋਲ ਜ਼ਮੀਨ ਮਾਲਕਾਂ ਦੇ ਕੋਲ ਹੈ ਉਹਨਾਂ ਦੇ ਮੱਤੇ ਕਿਵੇਂ ਪੈਣਗੇ ਇਹ ਪਿੰਡਾਂ ਦੇ ਵਿੱਚ ਵੀ ਇਹ ਰੁਕੀ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਵੱਲੋਂ ਪਿਛਲੇ ਦਿਨੀ ਵੱਡੇ ਵੱਡੇ ਐਲਾਨ ਕੀਤੇ ਗਏ ਨੇ ਜਿੱਥੇ ਬਿਜਲੀ ਦੇ ਬਿੱਲਾਂ ਨੂੰ ਮਾਫ ਨੂੰ ਲੈ ਕੇ ਜਿਹੜੇ ਐਲਾਨ ਕੀਤੇ ਗਏ ਸੀ ਨਾਲ ਦੀ ਨਾਲ ਪਾਣੀ ਦੇ ਬਿੱਲ ਵੀ ਜਿਹੜੇ ਦੱਸਿਆ ਜਾ ਰਿਹਾ ਕਿ ਪਿਛਲਾ ਬਕਾਇਆ ਉਹ ਵੀ ਮਾਫ ਹੋਵੇਗਾ ਤੇ ਨਵਾਂ ਪਾਣੀ ਦਾ ਬਿੱਲ ਜਿਹੜਾ 50 ਰੁਪਏ ਪਾਣੀ ਦਾ ਬਿੱਲ ਆਵੇਗਾ ਉਸ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਸੀ ਕਿ ਜੋ ਬੇਕਰੇ ਬੇਜਮੀਨੇ ਨੇ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਇਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਲਗਾਤਾਰ ਲਿਸ਼ਟਾ ਬਣ ਰਹੀਆਂ ਨੇ ਪਰ ਕਨਫਿਊਜ਼ਨ ਲੋਕਾਂ ਦੇ ਵਿੱਚ ਬਹੁਤ ਹੈ ਕਿ ਪਲਾਟ ਮਿਲਣਗੇ ਕਿਸ ਨੂੰ ਜਾਂ ਕਦੋਂ ਤੱਕ ਮਿਲਣਗੇ ਇਸ ਲਈ ਪ ਮਲਾਕ ਮਜਦੀ ਦੇ ਜਿਹੜੇ ਬੀਡੀਪੀ ਉਹਨੇ ਜਸਪ੍ਰੀ ਕੋ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਪਲਾਟ ਮਿਲਣਗੇ ਕਿਸ ਨੂੰ ਜਾ ਕੰਡੀਸ਼ਨਰ ਕੀ ਨੇ ਕਿ ਕਈ ਲੋਕਾਂ ਨੂੰ ਕੰਡੀਸ਼ਨਰ ਦਾ ਨਹੀਂ ਪਤਾ ਕਿ ਬੇਘਰੇ ਬੇਜ਼ਮੀਨੇ ਕਿ ਉਹਨਾਂ ਨੂੰ ਪਲਾਟ ਮਿਲਣਗੇ ਜਾਂ ਫਿਰ ਕਈ ਪਿੰਡਾਂ ਦੇ ਵਿੱਚ ਲਿਸਟਾਂ ਇਸ ਤਰੀਕੇ ਨਾਲ ਬਣ ਰਹੀਆਂ ਨੇ ਕਿ ਜਿਨ੍ਹਾਂ ਕੋਲ 5-5 ਏਕੜ ਜ਼ਮੀਨ ਹੈ, 2-2 ਏਕੜ ਜ਼ਮੀਨ ਹੈ, ਉਹ ਵੀ ਜਿਹੜੇ ਇਹ ਫਾਰਮ ਭਰ ਰਹੇ ਨੇ, ਉਹਨਾਂ ਨੂੰ ਮਿਲਣਗੇ ਜਾਂ ਨਹੀਂ, ਕੱਲ ਬਾਅਦ ਕਰਦੇ ਆ। ਤੇ ਮੈਡਮ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਕਿ 5-5 ਮਰਲੇ ਦੇ ਬੇਘਰੇ ਬੇਜ਼ਮੀਨਾਂ ਨੂੰ ਪਲਾਟ ਮਿਲਣਗੇ ਪਰ ਪਿੰਡਾਂ ਦੇ ਵਿੱਚ ਲਿਸਟਾਂ ਬਹੁਤ ਬਣਦੀਆਂ ਨੇ ਜੀ ਪਿੰਡ ਦੇ ਵਿੱਚ 250 ਕਰਨੇ 250 ਕਰਦੇ ਫਾਰਮ ਬਣ ਕੇ ਆ ਰਹੇ ਨੇ। ਹਾਂ ਨਹੀਂ ਜੀ ਇਹ ਬੇਜ਼ਮੀਨੇ ਤੇ ਬ ਤੇ ਪਿੰਡ ਉਹ ਪਟਵਾਰੀ ਤੋਂ ਵੈਰੀਫਿਕੇਸ਼ਨ ਹੋਣੀ ਹੈ ਜੀ ਉਹ ਕਿ ਉਹਨਾਂ ਦੀ ਜ਼ਮੀਨ ਹੈ ਨਹੀਂ ਹੈ ਪਿੰਡ ਵਿੱਚ ਤੇ ਜਿਹੜੇ ਬੇਕਰੇ ਨੇ ਉਹ ਸਰਪੰਚ ਤੇ ਪੰਚਾਇਤ ਵੱਲੋਂ ਤਸਦੀਕ ਕੀਤੀ ਜਾਣਗੇ ಗ್ರಾಮ ਸਭਾ ਦਾ ਮਤਾ ਪਏਗਾ ਪਹਿਲਾਂ ਉਸ ਤੋਂ ਬਾਅਦ ਆਪਾਂ ਪਟਵਾਰੀ ਦੀ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਕਮੇਟੀ ਹੈਗੀ ਹੈ ਪੰਜ ਮੈਂਬਰੀ ਉਹ ਕਮੇਟੀ ਜਿਹੜੀ ਆ ਉਹ ਉਹ ਨੂੰ ਵੈਰੀਫਾਈ ਕਰਕੇ ਅੱਗੇ ਪ੍ਰੋਸੈਸ ਚ ਤੁਰੇਗੀ ਤੇ ਬੇਕਰੇ ਬੇਜ਼ਮੀਨੇ ਕਿੰਨਾ ਲੋਕਾਂ ਨੂੰ ਕਿ ਜਿਹੜੇ ਕਿਉਂਕਿ ਪਿੰਡਾਂ ਦੇ ਵਿੱਚ ਇਹ ਹੈ ਕਿ ਕਈਆਂ ਕੋਲ ਕੀ ਕਮਰਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਚਾਰ ਨੇ ਤਾਂ ਉਹਨਾਂ ਕੋਲ ਚਾਰ ਕਮਰੇ ਅਲੱਗ-ਅਲੱਗ ਕਮਰੇ ਚ ਰਹਿੰਦੇ ਨੇ ਉਹ ਵੀ ਕਹਿੰਦੇ ਨੇ ਕਿ ਸਾਨੂੰ ਪਲਾਟ ਮਿਲਣਾ ਚਾਹੀਦਾ ਤਾਂ ਉਹਨਾਂ ਨੂੰ ਮਿਲਣਗੇ ਜਾਂ ਨਹੀਂ ਅਹ ਦੇਖੋ ਜੇ ਉਹਨਾਂ ਦੀ ਫੈਮਿਲੀ ਵੱਡੀ ਹੋ ਗਈ ਹੈ ਨੈਕਸਟ ਜਨਰੇਸ਼ਨ ਸ਼ੁਰੂ ਹੋ ਗਈ ਹੈ ਬੇਟਾ ਹੈ ਬੇਟੇ ਦਾ ਵਿਆਹ ਹੋ ਚੁੱਕਿਆ ਹੈ ਤਾਂ ਉਸ ਫੈਮਿਲੀ ਨੂੰ ਮਿਲ ਸਕਦਾ ਹੈ ਪਲਾਟ ਇਹ ਹੁਣ ਤੱਕ ਜਿਹੜੇ ਬਲਾਕ ਮਾਝ ਦੇ ਨਜ਼ਦੀਕ ਦੇ ਪਿੰਡ ਨੇ ਜੈਸੇ ਏਰੀਆ ਦੇ ਵਿੱਚ ਆਉਂਦੇ ਨੇ ਕਿੰਨੇ ਕ ਪਿੰਡਾਂ ਦੀ ਲਿਸਟਾਂ ਬਣ ਕੇ ਤੁਹਾਡੇ ਕੋਲ ਆ ਗਈਆਂ ਨੇ ਹੁਣ ਤੱਕ ਦੇਖੋ ਲਿਸਟਾਂ ਤਾਂ ਸਾਰੇ ਪਿੰਡਾਂ ਸਰਪੰਚਾਂ ਨੂੰ ਕਿਹਾ ਗਿਆ ਸੀਗਾ ਬਟ ਆਪਣੇ ਬਲਾਕ ਮਾਜਰੀ ਚ ਅਰਾਊਂਡ 40 ਪੰਚਾਇਤਾਂ ਜਿਨ੍ਹਾਂ ਕੋਲ ਲੈਂਡ ਅਵੇਲੇਬਲ ਹੈਗੀ ਆ ਦੇਣ ਵਾਸਤੇ ਉਹਦੇ ਵਿੱਚ ਕਈ ਸਰਪੰਚਾਂ ਵੱਲੋਂ 200 ਕਈ 150 ਦੇ ਅਰਾਊਂਡ ਵੀ ਮਤੇ ਚ ਨਾਮ ਪਾਏ ਗਏ ਸੀ ਜਿਹੜੇ ਕਿ ਅਯੋਗ ਨੇ ਉਹਨਾਂ ਕੋਲ ਆਲਰੇਡੀ ਅਵੇਲੇਬਲ ਹੈਗੀਆਂ ਆਪਣੇ ਜ਼ਮੀਨਾਂ ਹੈਗੀਆਂ ਨੇ ਤੇ ਬਹੁਤ ਘੱਟ ਜਿਹੜੇ ਹੈਗੇ ਹਨ ਉਹ ਯੋਗ ਲਾਪਤਰੀ ਸਾਨੂੰ ਆਡੈਂਟੀਫਾਈ ਹੋਏ ਹਨ ਜਿਹੜੇ ਸਰਪੰਚਾਂ ਨੇ ਲਿਸਟਾ ਬਣਾ ਕੇ ਦਿੱਤੇ ਆ ਉਹਦੇ ਵਿੱਚੋਂ ਇਹ ਕਦੋਂ ਤੱਕ ਜਿਹੜੇ ਪਲਾਟ ਦੇਣ ਦੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਦਿਵਾਲੀ ਤੋਂ ਪਹਿਲਾਂ ਮਿਲਣਗੇ ਜਾਂ ਦਿਵਾਲੀ ਤੋਂ ਬਾਅਦ ਜਾ ਕੇ ਲਿਸਟਾਂ ਜਿਹੜੀਆਂ ਉਹਨਾਂ ਕੋਲ ਪਹੁੰਚਣੇ ਜਿੱਥੇ ਕਿਹਾ ਗਿਆ ਪ੍ਰੋਸੀਜਰ ਬਹੁਤ ਤਕੜਾ ਹੈ ਇਸ ਦਿਨ ਤੱਕ ਵੀ ਜਿਹੜੀਆਂ ਲਿਸਟਾਂ ਥੋੜੀ ਜਾਣੀਆਂ ਨੇ ਤਾਂ ਕਦੋਂ ਤੱਕ ਜਿਹੜੀ ਲੋਕਾਂ ਨੂੰ ਇਹ ਪਲਾਟ ਮਿਲਣਗੇ ਇਹ ਸਾਨੂੰ ਟਾਰਗੇਟ ਮਿਲਿਆ ਹੋਇਆ ਜੀ ਅਸੀਂ 2 ਨਵੰਬਰ ਤੱਕ ਸੀਐਮ ਸਾਹਿਬ ਨੇ ਇਹਨਾਂ ਦੀਆਂ ਜਿਹੜੇ ਹੈਗੇ ਨੇ ਵੰਡੇ ਜਾਣੇ ਨੇ ਹਾਂਜੀ ਕਈ ਕਿ ਪਿੰਡਾਂ ਦੇ ਵਿੱਚ ਕਈ ਮਾਲਕਾਨਾਂ ਦੀਆਂ ਖਾਲਾ ਜ਼ਮੀਨਾਂ ਨੇ ਫਿਰ ਉਹਨਾਂ ਦੇ ਮੱਤੇ ਕਿਵੇਂ ਪੈਣਗੇ ਉਹ ਕਹਿੰਦੇ ਕਿ ਅਸੀਂ ਆਪਣੀ ਜ਼ਮੀਨਾਂ ਵਿੱਚੋਂ ਕੀ ਦਈਏ ਕਿ ਜਿੰਨਾਂ ਕੋਲ ਗ੍ਰਾਮ ਪੰਚਾਇਤ ਦੇ ਕੋਲ ਜਿੰਨਾਂ ਦੇ ਜ਼ਮੀਨ ਹੈ ਉਹ ਤਾਂ ਮੱਤੇ ਪਾ ਦੇਣਗੇ ਪਰ ਜਿੰਨਾਂ ਕੋਲ ਜ਼ਮੀਨ ਮਾਲਕਾਨਾਂ ਦੇ ਕੋਲ ਹੈ ਉਹਨਾਂ ਦੇ ਮੱਤੇ ਕਿਵੇਂ ਪੈਣਗੇ ਇਹ ਪਿੰਡਾਂ ਦੇ ਵਿੱਚ ਵੀ ਹੋਰ ਬਦਦੂਸੀ ਅ ਨਹੀਂ ਜੀ ਜਿਹੜੀ ਪੰਚਾਇਤ ਕੋਲ ਅਵੇਲੇਬਲ ਜ਼ਮੀਨ ਹੈ ਨਾ ਉਹਨਾਂ ਪੰਚਾਇਤਾਂ ਚ ਹੀ ਹੈ ਜਿਹੜੇ ਪੰਜ ਮਰਲੇ ਪਲਾਟ ਦਿੱਤੇ ਜਾ ਰਹੇ ਨੇ ਜਿਹੜੇ ਜ਼ਿਲ੍ਹੇ ਜਿਹੜੇ ਪਿੰਡ ਦੇ ਵਿੱਚ ਮਾਲਕਾਨਾਂ ਦੇ ਨਾਮ ਹੈ ਉਹਨਾਂ ਦੇ ਕੋਈ ਮਤਾ ਨਹੀਂ ਪਈਗਾ ਨਹੀਂ ਨਹੀਂ ਜੀ ਉਹ ਨਹੀਂ ਹੈਗੇ ਸਿਰਫ ਪੰਚਾਇਤ ਦੀ ਜਿਹੜੀ ਲੈਂਡ ਅਵੇਲੇਬਲ ਆ ਸ਼ਾਮਲਾਟ ਦੇ ਹੈਗੇ ਉਹਦੋਂ ਵਿੱਚੋਂ ਉਹ ਕੱਟ ਕੇ ਜਿਹੜੇ ਪੰਜ ਮੀਟਰ 플ੌਟ ਉਹ ਦਿੱਤੇ ਜਾਣਗੇ ਇੱਕ ਜਿਹੜੇ ਪਿੰਡਾਂ ਦੇ ਵਿੱਚ ਬਾਰ ਬਾਰ ਇਹ ਸਾਹਮਣੇ ਆਉਂਦਾ ਕਿ ਕਈ ਲੋਕਾਂ ਨੇ ਦੋ ਦੋ ਏਕੜ ਪੰਜ ਪੰਜ ਏਕੜ ਦੀ ਜ਼ਮੀਨਾਂ ਜਿੰਨਾਂ ਕੋਲ ਨੇ ਉਹਨਾਂ ਨੇ ਵੀ ਫਾਰਮ ਭਰ ਦਿੱਤੇ ਨੇ ਕਿਉਂਕਿ ਹੁਣ ਸਰਪੰਚ ਵੀ ਮਜਬੂਰ ਹੁੰਦਾ ਹੈ ਉਹ ਜੇ ਕਿਸੇ ਨੂੰ ਮਨਾ ਕਰੇ ਤਾਂ ਪੰਗਾ ਹੈ ਜੇ ਨਾ ਕਰੇ ਤਾਂ ਪੰਗਾ ਤਾਂ ਹੁਣ ਜਿਨ੍ਹਾਂ ਦੇ ਦੋ ਦੋ ਏਕੜ ਪੰਜਵਾਂ ਏਕੜ ਦੇ ਫਾਰਮ ਭਰੇ ਹੋਏ ਨੇ ਉਹਨਾਂ ਦੇ ਫਿਰ ਰਿਜੈਕਟ ਹੋਣਗੇ ਬਿਲਕੁਲ ਪੰਜ ਮੈਂਬਰੀ ਕਮੇਟੀ ਹੈਗੀ ਹੈ ਜਿਹੜੀ ਉਹ ਦੇਖ ਕੇ ਉਹਨਾਂ ਨੂੰ ਰਿਜੈਕਟ ਕਰ ਦੇਗੀ ਉਹ ਸਿਰਫ ਉਹੀ ਅਲਾਉ ਕਰ ਸਕਦੇ ਆ ਜਿਨ੍ਹਾਂ ਬੇਜਮੀਨੇ ਐਕਚੁਅਲੀ ਤੇ ਬੇਘਰੇ ਹੈਗੇ ਨੇ ਗਰੀਬ ਲੋਕ ਇਹ ਸਕੀਮ ਹੀ ਉਹਨਾਂ ਵਾਸਤੇ ਬਣੀ ਹੋਈ ਹੈ ਜੇ ਉਹਨਾਂ ਕੋਲ 1 ਏਕੜ ਜ਼ਮੀਨ ਵੀ ਹੈਗੀ ਹੈ ਤਾਂ ਉਹ ਆਪਣਾ ਘਰ ਉੱਥੇ ਬਣਾ ਸਕਦੇ ਨੇ ਇਸ ਲਈ ਅਵੇਲੇਬਿਲਿਟੀ ਹੈ ਨਹੀਂ ਹੈ ਉਹਨਾਂ ਵਾਸਤੇ ਇਹ ਜਿਹੜਾ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉਹਨਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਮਿਲਣਗੇ ਇਹ ਪਲਾਟ ਦੇਖੋ ਜੇ ਗ੍ਰਾਮ ਸਭਾ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਯੋਗ ਕਰਦੀ ਹੈ ਤਾਂ ਉਹਨਾਂ ਨੂੰ ਵੀ ਦੇ ਸਕਦੇ ਆ ਹਾਂਜੀ ਦੇਖ ਸਕਦੇ ਹੋ ਕਿ ਇਹ ਸੰਗ ਬੀਡੀਪੇ ਜਸਪ੍ਰੀ ਕੌਰ ਜਿਨ੍ਹਾਂ ਨੇ ਦੱਸਿਆ ਕਿ ਪਲਾਟ ਮਿਲਣਗੇ ਕਿੰਨਾਂ ਨੂੰ ਕਿਉਂਕਿ ਕਈ ਤਰ੍ਹਾਂ ਦੀਆਂ ਲਿਸਟਾਂ ਬਣ ਕੇ ਆ ਰਹੀਆਂ ਨੇ ਪਿੰਡਾਂ ਦੇ ਵਿੱਚੋਂ ਗੁੰਮਰਾਹ ਵੀ ਹੋ ਰਹੇ ਸੀ ਲੋਕ ਕਿ ਕਿਸ ਤਰੀਕੇ ਦੇ ਜਿਹੜਾ ਪਲਾਟ ਮਿਲਣਗੇ ਕਿੰਨਾ ਦੇ 5-5 ਏਕੜ 2-2 ਏਕੜ ਜ਼ਮੀਨ ਨੇ ਉਹ ਵੀ ਫਾਰਮ ਭਰ ਰਹੇ ਨੇ ਕਹਿੰਦਾ ਕਿ ਸਾਡੇ ਕੋਲ ਫਾਰਮਾਂ ਦੇ ਢੇਰ ਲੱਗ ਗਏ ਨੇ ਪਰ ਉਹਨਾਂ ਵਿੱਚੋਂ ਹੁਣ ਜਿਹੜੀ ਕਮੇਟੀ ਬਿਠਾਈ ਗਈ ਆ ਉਹਨਾਂ ਦੇ ਰਿਜੈਕਟ ਵੀ ਹੋਣਗੇ ਫਾਰਮ ਕਿਉਂਕਿ ਬਾਰ-ਬਾਰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਉਹਨਾਂ ਕੋਲ ਸਹੀ ਜਾਣਕਾਰੀ ਜਾਣੀ ਚਾਹੀਦੀ ਹੈ ਕਿਉਂਕਿ ਮੈਕਮੇ ਦੇ ਕੋਲ ਬਹੁਤ ਤਰ੍ਹਾਂ ਦੀ ਲਿਸਟਾਂ ਬਣ ਕੇ ਆ ਰਹੀਆਂ ਨੇ ਪਰ ਇਹਨੂੰ ਦੱਸਿਆ ਕਿ ਜਿਨ੍ਹਾਂ ਕੋਲ 1 ਏਕੜ ਵੀ ਜ਼ਮੀਨ ਹੈ ਉਹਨਾਂ ਨੂੰ ਵੀ ਪਲਾਟ ਨਹੀਂ ਮਿਲਣਗੇ ਕਿਉਂਕਿ ਉਹਨਾਂ ਕੋਲ ਜ਼ਮੀਨ ਹੈ ਪਰ ਜਿਨ੍ਹਾਂ ਕੋਲ ਬੇਕਰੇ ਬੇਜ਼ਮੀਨੇ ਉਹਨਾਂ ਨੂੰ ਪਲਾਟ ਜ਼ਰੂਰ ਮਿਲਣਗੇ ਜਾਂ ਫਿਰ ਜਿਨ੍ਹਾਂ ਦੀ ਫੈਮਿਲੀ ਅੱਗੇ ਹੋਰ ਵੱਧ ਰਹੀ ਹੈ ਤਾਂ ਉਹਨਾਂ ਨੂੰ ਪਲਾਟ ਮਿਲ ਸਕਦੇ ਨੇ ਸਰਕਾਰ ਵੱਲੋਂ ਲਿਸਟ ਬਣ ਕੇ ਆਏਗੀ ਉਸ ਤੋਂ ਬਾਅਦ ਹੀ ਜਿਹੜਾ ਦੱਸਿਆ ਰਿਹਾ ਕਿ ਦਿਵਾਲੀ ਤੋਂ ਪਹਿਲਾਂ 2 ਤਰੀਕ ਤੱਕ ਇਹਨਾਂ ਪੂਰੇ ਮੈਕਮੇ ਨੂੰ ਸੀਐਮ ਚੰਜੀ ਸਿੰਘ ਚੰਦੀ ਵੱਲੋਂ ਕਿਹਾ ਗਿਆ ਕਿ ਲਿਸਟਾਂ ਬਣਾ ਕੇ ਸਾਡੇ ਕੋਲ ਭੇਜੋ ਉਸ ਦੁਆਲੇ ਤੋਂ ਪਹਿਲਾਂ ਐਲਾਨ ਕੀਤਾ ਕਿ ਦੁਆਲੇ ਤੋਂ ਪਹਿਲਾਂ ਜਿਹੜੇ ਪਲਾਟ ਵੰਡੇ ਜਾਣਗੇ ਤੁਹਾਡੇ ਨਾਲ ਕੈਮਰਾਮੈਨs ਸੁਤੰਤ ਦੇ ਨਾਲ ਹਰਤੇਜ ਸਿੰਘ ਤੇਜੀ ਐਚਐਨ ਨਿਊਜ਼ ਬਲਾਕ ਮਾਦ